वेलकम टू माय चैनल गुरसाज कोचिंग सेंटर बलाला आई होप गाइस यू आर वेल गाइस जी मैं कित्नु ਪਤਾਈਆ ਤੁਹਾਨੂੰ ਮੇਰੇ ਇਸ ਚੈਨਲ ਤੇ ਐਂਟੀਟੀ ਕੋਰਸ ਦੇ ਰਿਗਾਰਡਿੰਗ ਜਾਂ ਐਂਟੀਟੀ ਗਵਰਨਮੈਂਟ ਐਗਜ਼ਾਮ ਦੇ ਰਿਗਾਰਡਿੰਗ ਜੋ ਲੇਟੈਸਟ ਵੀਡੀਓਜ਼ ਮਿਲ ਰਹੀਆਂ ਨਹੀਂ ਲੇਟੈਸਟ ਅਪਡੇਟਸ ਮਿਲ ਰਹੀਆਂ ਅਗਰ ਗਾਇਸ ਤੁਸੀਂ ਫਸਟ ਟਾਈਮ ਮੇਰੇ ਇਸ ਚੈਨਲ ਤੇ ਵਿਜ਼ਿਟ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਗਾਇਸ ਜੋ ਪਹਿਲਾਂ ਵਾਲੀ ਵੀਡੀਓ ਆਪਾਂ ਪਾਈ ਸੀ ਉਹ ਵੀ ਐਂਟੀਟੀ ਪ੍ਰੀਵੀਅਸ ਐਗਜ਼ਾਮ ਦੇ ਰਿਗਾਰਡਿੰਗ ਪਾਈ ਹੋਈ ਸੀ ਉਹ ਵੀ ਐਗਜ਼ਾਮ ਆਪਣੇ ਕੋ 2015 ਦਾ ਐਗਜ਼ਾਮ ਸੀ ਬਟ ਉਹ ਜੋ ਵੀਰ ਜੀ ਤੁਸੀਂ ਦੇਖ ਹੀ ਚੁੱਕੇ ਹੋਗੇ ਵੀ ਉੱਥੇ ਉਹਨਾਂ ਨੇ ਆਪਣੇ ਕੋ ਮਾਰਨਿੰਗ ਸੈਸ਼ਨ ਲਿਖ ਕੇ ਆਇਆ ਤੇ ਜੋ ਅੱਜ ਦਾ ਆਪਣੇ ਕੋ ਪ੍ਰੀਵੀਅਸ ਇਗਜ਼ਾਮ ਆ ਉਹ ਈਵਨਿੰਗ ਸੈਸ਼ਨ ਦਾ ਗਾਇਸ ਇਸ ਵੀਡੀਓ ਦੇ ਨੀਚੇ ਮੈਨੂੰ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਬੱਚਿਆਂ ਦੇ ਕਿ ਮੈਮ ਤੁਸੀਂ ਆਂਸਰ ਕਿ ਸ਼ੋ ਨਹੀਂ ਕੀਤੀ ਜਾਂ ਆਂਸਰ ਤੁਸੀਂ ਦੱਸੇ ਨਹੀਂ ਤਾਂ ਗਾਇਸ ਤੁਸੀਂ ਉਹ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਤੇ ਐਂਡ ਤੇ ਜਾ ਕੇ ਮੈਂ ਆਂਸਰ ਕਿ ਸ਼ੋ ਕੀਤੀ ਹੋਈ ਆ ਬਟ ਫਿਰ ਵੀ ਬੱਚਿਆਂ ਨੂੰ ਕਿਹ ਪਰਬਲ ਆ ਰਹੇ ਸੀ ਸੋ 댓 ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆਂਸਰ ਕਿ ਨਾਲ ਹੀ ਕਰਾਂਗੇ ਮੈਂ ਸਾਰੇ ਆਪਸ਼ਨਸ ਕੀ ਇੱਥੇ ਟਿਕ ਕੀਤੇ ਹੋਏ ਨੇ ਸੋ 댓 ਆਪਾਂ ਇਸ ਵੀਡੀਓ ਵਿੱਚ ਆਂਸਰ ਆਪਾਂ ਸਾਰੇ ਨਾਲ ਹੀ ਕਰ ਤੁਸੀਂ ਵੀ ਐਂਟੀਟੀ ਦਾ ਗੌਰਮੈਂਟ ਐਗਜ਼ਾਮ ਫਿਲ ਕੀਤਾ ਹੋਇਆ ਤਾਂ ਤੁਸੀਂ ਐਗਜ਼ਾਮ ਦੇਣਾ ਵਾ ਤਾਂ ਤੁਸੀਂ ਇਸ ਪ੍ਰੀਵਿਅਸ ਟੈਸਟ ਦੀ ਇੱਕ ਵਾਰ ਜ਼ਰੂਰ ਰਿਵੀਜ਼ਨ ਕਰਕੇ ਜਾਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਜਿਹੜਾ ਕੁਐਸਚਨ ਆਣਾ ਜਿਹੜੇ ਐਮਸੀਕਿਊਜ਼ ਆਣੇ ਨੇ ਠੀਕ ਹੈ ਜੀ 100 ਮਾਰਕਸ ਦੇ ਰੋੜੀ ਐਮਸੀਕਿਊਜ਼ ਆਣੇ ਤੇ ਉਹਨਾਂ ਦਾ ਲੈਵਲ ਕਿਹੋ ਜਿਹਾ ਹੋਊਗਾ ਤੁਹਾਡੇ ਐਮਸੀਕਿਊਜ਼ ਦਾ ਤੁਹਾਨੂੰ ਕਿਹੋ ਜਿਹੇ ਕੁਐਸਚਨਸ ਕੀ ਐਗਜ਼ਾਮ ਦੇ ਵਿੱਚ ਆ ਸਕਦੇ ਨੇ ਗਾਇਜ਼ ਅਗਰ ਤੁਸੀਂ ਮੰਨ ਲਓ ਇਹ ਐਪ ਨੇ ਕੋਲ ਪ੍ਰੈਪਰੇਸ਼ਨਸ ਕਰਕੇ ਜਾਣੀ ਹੈ ਤਾਂ ਤੁਸੀਂ ਇੰਨੇ ਕੰਡਰਸਟੈਂਡਿੰਗ ਕਰ ਪਾਉਂਗੇ ਵੀ ਤੁਹਾਡੇ ਲੈਵਲ ਜੋ ਕੁਐਸਚਨਸ ਹੋਣਗੇ ਕਿਸ ਲੈਵਲ ਦੇ ਹੋ ਇਆ ਫਰਸਟ ਆਪਾਂ ਦੇਖਦੇ ਹਾਂ ਜੀ ਆਪਣੇ ਕੋਲ ਜੋ ਪੰਜਾਬੀ ਲੈਂਗੁਏਜ ਹੈ ਪੰਜਾਬੀ ਲੈਂਗੁਏਜ ਦੇ ਰਿਗਾਰਡਿੰਗ ਇਹਦੇ ਵਿੱਚ ਐਮਸੀਕਿਊਜ਼ ਨੇ ਇਹਦੇ ਵਿੱਚ ਟੋਟਲ 20 ਐਮਸੀਕਿਊਜ਼ ਹਨ ਜੀ ਪੰਜਾਬੀ ਲੈਂਗੁਏਜ ਦੇ ਫਰਸਟ ਐਮਸੀਕਿਊਜ਼ ਦੇਖੋ ਕੀ ਕਹਿੰਦੇ ਨੇ ਮੂਲ ਸ਼ਬਦ ਕੀ ਹੁੰਦੇ ਹਨ ਮੂਲ ਸ਼ਬਦ ਦਾ ਆਪਣੇ ਕੋਲ ਕੀ ਹੁੰਦੇ ਨੇ ਫਰਸਟ ਆਪਸ਼ਨ ਕੀ ਹੈ ਜੀ ਬਾਕ ਵਿੱਚ ਆਏ ਸ਼ਬਦਾ ਦਾ ਆਪਸੇ ਸਬੰਧ ਸੌਣ ਵਾਲੇ ਬਾਕ ਵਿੱਚ ਆਏ ਸ਼ਬਦ ਸਾਰੇ ਸ਼ਬਦ ਮੂਲ ਸ਼ਬਦ ਹੁੰਦੇ ਨੇ ਜਾਂ ਫਿਰ ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਨਨ ਠੀਕ ਹੈ ਜਾਫੀ ਨੰਬਰ ਡੀ ਅਜਿਹੇ ਸ਼ਬਦ ਜਿਹੜੇ ਸਾਰਥਕ ਸ਼ਬਦ ਸਹਾਇਤਾ ਨਾਲ ਬਣਾਏ ਜਾਣ ਇਨਾਂ ਵਿੱਚੋਂ ਆਪਣੇ ਕੋਲ ਜੋ ਮੂਲ ਸ਼ਬਦ ਆ ਦੀ ਕਰੈਕਟ ਅਨਸਰ ਕੀ ਹੈ ਕਿਹੜੇ ਹੁੰਦੇ ਨੇ ਮੂਲ ਸ਼ਬਦ ਆਪਣੇ ਕੋਲ ਕਿਹੜੇ ਹੁੰਦੀ ਹੈ ਜੀ ਸਹੀ ਆਪਸ਼ਨ ਕੀ ਹੈ ਜੀ ਆਪਣੇ ਕੋਲ ਸੀ ਸੀ ਆਪਸ਼ਨ ਆਪਣੇ ਕੋਲ ਕਰੈਕਟ ਹੈ ਇਹਦੇ ਵਿੱਚ ਮੂਲ ਸ਼ਬਦ ਕਿਹੜੇ ਹੈ ਜੀ ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਨਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਮੂਲ ਸ਼ਬਦ ਕਹਿੰਦੇ ਆ ਨੈਕਸਟ ਨੰਬਰ 2 ਆਪਣੇ ਕੋਲ ਜੋ ਨੰਬਰ 2 ਹੈ ਜੀ ਨੰਬਰ 2 ਦਾ ਆਪਣੇ ਕੋਲ ਐਮਸੀਕਿਊਸ ਕੀ ਕਹਿੰਦੇ ਨੇਗੇ ਹੰਦਰਸਾਰ ਉ उत्पन्द शब्द किेणी आए अपने कोई श श्रेणी आँदी है जी सार्थक होगी निरार्थक होगी ज संबंधक होगी ज पछेत्र तो गाइज़ यही अपने को जो अपने को वर्ल्ड आ जो अपने को दिता हुआ इन्होंने ये अपने को पछेत्र आठ ठीक है जी यछेत्र श्रेणी में क्या आंता वा नैक्स नंबर देखो जी नंबर थ्री एम सीज नंबर थ्री के शब्द आड़ा अगेत्र तो नहीं बनिया अजर अमर आनंद अनार ਹਾਂਜੀ ਕਿਹੜਾ ਸ਼ਬਦ ਆਪਣੇ ਕੋਲ ਜੀ ਅਜ਼ਰ ਅਮਰ ਅਨੰਤ ਅਨਾਰ ਇਹਦੇ ਵਿੱਚ ਆਪਣੇ ਕੋਲ ਜੋ ਆੜਾ ਅਗੇਤਰ ਤੋਂ ਨਹੀਂ ਸ਼ਬਦ ਬਣਿਆ ਉਹ ਹੈਗਾ ਜੀ ਅਨੰਤ ਆਪਸ਼ਨ ਸੀ ਇਹਦੀ ਕੀ ਹੈ ਜੀ ਕਰੈਕਟ ਆ ਨੈਕਸਟ ਦੇਖੋ ਨੰਬਰ 4 ਸਮਾਸ ਵਿਧੀ ਨਾਲ ਬਣਿਆ ਨਵਾਂ ਅੱਖਰ ਹੁੰਦਾ ਹੈ ਕਿਹੜਾ ਅੱਖਰ ਹੁੰਦਾ ਜੀ ਆਪਣੇ ਕੋਲ ਸਾਰਥਕ ਨਿਰਾਰਥਕ ਵਿਰੋਧੀ ਸ਼ਬਦ ਜਾਂ ਸਮਾਨਾਰਥਕ ਤਾਂ ਇਹਦੇ ਵਿੱਚੋਂ ਸਹੀ ਆਪਸ਼ਨ ਕੀ ਹੈ ਜੀ ਏ ਇਹਦਾ ਆਪਣੇ ਕੋਲ ਸਹੀ ਅਰਥ ਕੀ ਹੈ ਜੀ ਸਹੀ ਹੈਗਾ ਸਾਰਥਕ ਹਾਂ ਦੇਖੋ ਗਾਇਸ ਇਹ ਆਪਣੇ ਕੋ ਪੰਜਾਬੀ ਲੈਂਗੁਏਜ ਦੇ ਰਿਗਾਰਡਿੰਗ ਤੁਹਾਡੇ MCQ's ਨੇ ਤਾਂ ਇਹਨਾਂ ਲੈਂਗੁਏਜ ਜੋ ਤੁਹਾਡੀ ਪੰਜਾਬੀ ਲੈਂਗੁਏਜ ਹੋਣ ਦੀ ਪੇਪਰ 'ਚ ਆਉਣੀ ਹੈ ਤੁਹਾਨੂੰ 5 ਮਾਰਕਸ ਦੀ ਆਉਣੀ ਹੈ ਤਾਂ 5 ਮਾਰਕਸ ਦੇ MCQ's ਵਿੱਚ ਤੁਹਾਨੂੰ ਇਸੇ ਤਰ੍ਹਾਂ ਦੇ MCQ's ਕੇ ਪੁੱਛੇ ਜਾ ਸਕਦੇ ਨੇ ਨੰਬਰ 5 ਦੇਖੋ ਜੀ ਤੁਸੀਂ ਸਕੂਲ ਕਿਵੇਂ ਜਾਂਦੇ ਹੋ ਬਾਕ ਦੀ ਕਿਸਮ ਹੈ ਪ੍ਰੇਸ਼ਨਵਾਚਕ ਵਿਸਮੇਵਾਚਕ ਹਾਂ ਵਾਚਕ ਜਾਂ ਨਾ ਵਾਚਕ ਤਾਂ ਇਹਦੇ ਵਿੱਚ ਆਪਣੇ ਕੋਲ ਕੁਐਸਚਨ ਹੀ ਪੁੱਟ ਕੀਤਾ ਹੋਇਆ ਤੁਸੀਂ ਸਕੂਲ ਕਿਵੇਂ ਜਾਂਦੇ ਹੋ ਆਪਰੇਸ਼ਨ ਪੁੱਛਿਆ ਗਿਆ ਸੋ ਰੈਟ ਇਹ ਆਪਣੇ ਕੋਲ ਏ ਆਪਸ਼ਨ ਇਹਦੇ கரੈਕਟ ਆ ਇਹਦਾ ਆਪਣੇ ਕੋਲ ਸਹੀ ਆਂਸਰ ਕੀ ਹੈ ਜੀ ਆਪਰੇਸ਼ਨ ਵਾਚਕ ਨੈਕਸਟ ਨੰਬਰ 6 ਦੇਖੋ ਜੀ ਕਿਸੇ ਵਾਕ ਨੂੰ ਉਸਦੇ ਅਰਥਾਂ ਵਿੱਚ ਫਰਕ ਪਾਏ ਬਿਨਾ ਕਿਸੇ ਹੋਰ ਰੂਪ ਵਿੱਚ ਬਦਲਣ ਨੂੰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਆਪਣੇ ਕੋਲ ਸਹੀ ਆਪਸ਼ਨ ਕਿਹਾ ਜੀ ਬੀ ਬਾਕ ਬਟਾਂਦਰਾ ਸਹੀ ਆਪਸ਼ਨ ਕਿਹਾ ਜੀ ਬੀ ਬਾਕ ਬਟਾਂਦਰਾ ਨੈਕਸਟ ਦੇਖੋ ਜੀ ਗਾਇਸ ਗੁਰਮੁਖੀ ਗੁਰਮੁਖੀ ਲਿਪੀ ਦੇ ਗਾਇਸ ਤੁਸੀਂ ਸਾਰੇ ਕੁਐਸਚਨ ਜ਼ਰੂਰ ਕਰਕੇ ਜਾਣੀ ਆ ਅਗਰ ਤੁਸੀਂ ਪੰਜਾਬੀ ਲੈਂਗੁਏਜ ਚੋਂ 5 ਚੋਂ ਆਊਟ ਆਫ 5 ਤੁਸੀਂ ਲੈਣਾ ਚਾਹੁੰਦੇ ਹੋ ਤਾਂ ਗੁਰਮੁਖੀ ਤੇ ਲਗਾ ਮਿੱਤਰਾ ਦੇ ਲਗਾ ਮਾਤਰਾ ਦੇ ਜੋ ਵੀ ਆਪਣੇ ਕੋਲ ਐਮਸੀਕਿਊਜ਼ ਨੇ ਉਹ ਤੁਸੀਂ ਚੰਗੀ ਤਰ੍ਹਾਂ ਪ੍ਰਪੇਅਰ ਕਰਕੇ ਜਾਓ ਇਹਦੇ ਵਿੱਚ ਤੁਹਾਨੂੰ ਐਮਸੀਕਿਊਜ਼ ਪੱਕਾ ਆਣੇ ਹੀ ਆਣੇ ਨੇ ਗੁਰਮੁਖੀ ਕੀ ਹੈ भाषा पंजाबी उपभाषा ज तो यह अपने को है जी लिपि नैक्सट देखो जी नंबर एट माझी की है माझी की है भाषा खेत्र उपभाषा ज लिपि सही ऑप्शन की है जी उपभाषा जो अपने को माझी है वह अपने को है जी उपभाषा नैक्सट नंबर नाइन देखो जी मलवई बोली जाती है कितने बोली जाती है जी बठिंडा नंबर अपने को जो ऑप्शन अपने को बी आैक्ट है जी बठिंडे मलवई बोली की बोली जाती है नैक्सट नंबर टेन ਹਨ ਗੁਰਮੁਖੀ ਵਰਣਮਾਲਾ ਦੀ ਕੁੱਲ ਗਿਣਤੀ ਕਿੰਨੀ ਹੈ ਕਿੰਨੀ ਗਿਣਤੀ ਹੈ ਜੀ 41 ਭਾਵੇਂ ਤੁਸੀਂ ਗਿਣ ਕੇ ਦੇਖ ਲਓ ਜੋ ਆਪਣੇ ਕੋਲ ਗੁਰਮੁਖੀ ਲਿਪੀ ਆ ਉਹਦੀ ਆਪਣੇ ਕੋਲ 41 ਗਿਣਤੀ ਆ ਪਰ ਇਹਨੂੰ ਤੁਹਾਨੂੰ ਇਹ ਵੀ ਐਮਸੀਕਿਊਸ ਪੁੱਛਿਆ ਜਾ ਸਕਦਾ ਵਾ ਵੀ ਗੁਰਮੁਖੀ ਲਿਪੀ ਨੂੰ ਤੁਸੀਂ 35 ਅੱਖਰੀ ਬੋਲ ਸਕਦੇ ਹੋ ਤਾਂ ਹਾਂ ਇਹਦਾ ਆਨਸਰ ਠੀਕ ਹੈ ਵੀ ਗੁਰਮੁਖੀ ਜੋ ਲਿਪੀ ਆ ਉਹਨੂੰ ਆਪਾਂ 35 ਅੱਖਰੀ ਵੀ ਬੋਲਿਆ ਜਾਂਦਾ ਵਾ ਨੈਕਸਟ ਦੇਖੋ ਜੀ ਨੰਬਰ 11 ਉਹ ਦੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਧਾਰਾਂ ਬੈ ਰੋਕ ਬਾਹਰ ਨਿਕਲੇ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਜੀ ਜਿਨ੍ਹਾਂ ਨੂੰ ਸਵਰਕ ਬੋਲਿਆ ਜਾਂਦਾ ਤੁਸੀਂ ਬੋਲ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੀ ਆਵਾਜ਼ ਕਿੱਦਾਂ ਆਉਂਦੀ ਹੈ ਤਾਂ ਉਹਨਾਂ ਨੂੰ ਆਪਾਂ ਕੀ ਬੋਲ ਸਕਦੇ ਹਾਂ ਸਵਰ ਬੋਲ ਸਕਦੇ ਹਾਂ ਨੈਕਸਟ ਨੰਬਰ 12 ਜਿੰਨਾ ਲਗਾ ਦੇ ਉਚਾਰਨ ਵਿੱਚ ਜ਼ਿਆਦਾ ਸਮਾਂ ਲੱਗੇ ਉਹਨਾਂ ਨੂੰ ਕੀਹਾ ਜਾਂਦਾ ਹੈ ਕੀ ਕਿਹਾ ਜਾਂਦਾ ਜੀ ਦੀਰਗ ਸਵਰ ਕਿਹੜਾ ਸਵਰ ਕਿਹਾ ਜਾਂਦਾ ਜੀ ਦੀਰਗ ਸਵਰ ਦੇਖੋ ਜੀ ਆਪਣੇ ਕੋ 12 एमसीक्यूਸ ਆਪਾਂ ਕੰਪਲੀਟ ਕੀਤੇ ਆ ਨੈਕਸਟ ਦੇਖਦੇ ਆ ਜੀ ਆਪਣੇ ਕੋ एम सीज नंबर थर्टीन अपने कोन टी टी का ईवनिंग सैशन का एग्जाम आ टू थाउजेंड फिफ्टीन का नैक्सट वाली वीडियो का इस एक वीडियो मैं पहला पब्लिश कर चुकी हूँ तो ना हूँ वीडियो दूसरी अपने को चल रही है एंड जो इस तो भी नैक्सट वीडियो आएगी वो अपने को टू थाउजेंड तो नाइनटीन का चंडीगढ़ का प्रीवियस एग्जाम जो कि अपने को वन फिफ्टी का इग्जाम होगा उस रिगार्डिंग मैं वीडियो नैक्सट वाली पब्लिश कराँगी देखो जी 30 ਆਪਣੇ ਕੋਲ एमसीक्यूਸ ਕੀਆ ਗੁਰਮੁਖੀ ਵਿੱਚ ਕਿੰਨੀਆਂ ਲਗਾ ਮਾਤਰਾ ਹਨ ਕਿੰਨੀਆਂ ਲਗਾ ਮਾਤਰਾ ਨੇ ਜੀ 10 ਸਹੀ ਆਪਸ਼ਨ ਕੀ ਹੈ ਜੀ 10 ਅਗਰ गाइस ਤੁਸੀਂ ਉਹ ਵੀ ਆਪਣੇ ਕੋਲ 20 90 ਦਾ ਜੋ ਪ੍ਰੀਵियस ਐਗਜ਼ਾਮਲ ਲੈਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਟਾਈਮ ਆਪਣੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਜਦੋਂ ਵੀ ਮੈਂ ਉਹ ਵੀਡੀਓ ਪਬਲਿਸ਼ ਕਰਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਕੀ ਪਹੁੰਚ ਜਾਵੇ ਨੈਕਸਟ ਦੇਖੋ ਨੰਬਰ 14 ਗੁਰਮੁਖੀ ਵਿੱਚ ਬਿੰਦੀ ਕੀ ਹੈ ਗੁਰਮੁਖੀ ਵਿੱਚ ਬਿੰਦੀ ਕੀ ਹੈ ਕੀ ਹੈ ਜੀ ਆਪਣੇ ਕੋਲ ਲਗਾਕਰ ਨੈਕਸਟ ਨੰਬਰ 15 ਸ਼ੁੱਧ ਸ਼ਬਦ ਚੁਣੋ ਇਹਦੇ ਵਿੱਚ ਗਾਇਜ਼ ਆਪਣੇ ਕੋਲ ਚਾਰੇ ਆਪਸ਼ਨ ਦਿੱਤੀ ਹੋਈਆਂ ਨੇਗੀਆਂ ਜਿਹੜੇ ਆਪਣੇ ਕੋਲ ਸਪੈਲਿੰਗ ਸਹੀ ਨੇ ਕੋਰੈਕਟ ਨੇ ਤੁਸੀਂ ਉਹ ਆਪਸ਼ਨ ਕਿਹ ਹੈ கரੈਕਟ ਕਰਨੀ ਆ ਇਹਦੇ ਵਿੱਚ ਆਪਣੇ ਕੋਲ ਜੋ ਏ ਆਪਸ਼ਨ ਕਿਹਾ ਜੀ ਬੋਟੀ ਸਹੀ ਤਰੀਕੇ ਨਾਲ ਲਿਖਿਆ ਹੋਇਆ ਸੋ ਡਾਟੇ ਦਾ ਏ ਆਨਸਰ ਆ ਨੰਬਰ 16 ਮਧਾਨੀ ਸ਼ਬਦ ਨੂੰ ਸ਼ੁੱਧ ਕਰੋ ਮਧਾਨੀ ਸ਼ਬਦ ਨੂੰ ਸ਼ੁੱਧ ਕਰੋ ਇਹਦੇ ਵਿੱਚ ਕੀ ਆਪਣੇ ਕੋਲ ਕੀ ਆਊਗਾ ਜੀ ਨੀ ਇਹਦੇ ਵਿੱਚ ਆਪਣੇ ਕੋਲ ਨੀ ਜਿਹੜਾ கரੈਕਟ ਆ ਨੈਕਸਟ ਨੰਬਰ 17 ਹੀਟ ਲਿਖਿਆ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ ਕਿਹੜਾ ਵਸ ਸਮਾਸੀ ਸ਼ਬਦ ਬੋਲ ਕਬੂਲ ਜਿਵੇਂ ਆਪਾਂ ਕਹਿੰਦੇ ਆ ਚਾਹ ਪਾਣੀ ਠੀਕ ਹੈ ਤਾਂ ਸੇਮ ਇਹਦੇ ਵਿੱਚ ਕੀ ਹੈ ਜੀ ਬੋਲ ਕਬੂਲ ਬੋਲ ਚਾਲ ਹੋ ਗਿਆ ਬੋਲ ਕੈਰ ਹੋ ਗਿਆ ਬੋਲ ਬੁਲਾਉਣਾ ਹੋ ਗਿਆ ਜਾਂ ਬੋਲ ਕਬੂਲ ਸਹੀ ਸ਼ਬਦ ਕਿਹ ਹੈ ਜੀ ਬੋਲ ਕਬੂਲ ਨੈਕਸਟ ਨੰਬਰ 18 ਬਦਸੂਰਤ ਬਦ ਸ਼ਕਲ ਕੋਚਾ ਪੈਣਾ ਸ਼ਬਦਾਂ ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ ਕੀ ਹੈ ਜੀ ਸਹੀ ਆਪਸ਼ਨ ਕਿਹਾ ਕਰੂਪ ਨੈਕਸਟ ਨੰਬਰ 19 ਕਿਹੜਾ ਸ਼ਬਦ ਕਾਲ ਸ਼ਬਦ ਦੇ ਬਹੁ-ਅਰਥਕ ਵਜੋਂ ਨਹੀਂ ਵਰਤਿਆ ਜਾ ਸਕਦਾ ਕਿਹੜਾ ਸ਼ਬਦ ਆ ਜੀ ਸਹੀ ਆਪਸ਼ਨ ਕੀ ਹੈ ਜੀ ਬੀ ਕਾਲਾ ਨੈਕਸਟ ਨੰਬਰ 20 ਬਸਤੂਵਾਚਕ ਨਾਮ ਚ ਨੂੰ ਬਸਤੂਵਾਚਕ ਨਾਮ ਕਿਹੜਾ ਜੀ ਦੁੱਧ ਲਾਈਕ ਇਹ ਆਪਣੇ ਕੋਲ ਕਿ ਬਸਤੂ ਆ ਠੀਕ ਹੈ ਜੀ ਇਸਕਾ ਕਿ ਦੁੱਧ ਆਪਣੇ ਕੋਲ ਕੀ ਹੈ ਬਸਤੂਵਾਚਕ ਨਾਮ ਜਿਵੇਂ ਸੈਣਾ ਹੋ ਗਿਆ ਇਹ ਆਪਣੇ ਕੋਲ ਕੀ ਹੈ ਜੀ ਜਿਵੇਂ ਸੈਣਾ ਵਗਾ ਨਾਮ ਦੇ ਅਕੋਰਡਿੰਗ ਚ ਇਹ ਆਪਣੇ ਕੋਲ ਇਕੱਠਵਚਕ ਨਾਮਾਂ ਵੀ ਇਹਦੇ ਵਿੱਚ ਕਾਫੀ سارے ਪਰਸਨਸ ਹੁੰਦੇ ਨੇਗੇ ਸੱਚ ਹੋ ਗਿਆ ਆਪਣੇ ਕੋਲ ਜਰਾਮ ਸੱਚ ਆਪਣੇ ਕੋਲ ਕੀ ਹੈ ਜੀ ਭਾਵਚਕ ਨਾਮ ਆ ਠੀਕ ਹੈ ਜੀ ਆਪਣੇ ਕੋਲ ਫੀਲਿੰਗਸ ਨੇ ਸੱਚ ਕਿਸ ਨੂੰ ਦਿਖਦਾ ਨੀਗਾ ਨੈਕਸਟ ਆਪਣੇ ਕੋਲ ਇਹ ਰਾਮ ਇਹ ਆਪਣੇ ਕੋਲ ਕੀ ਹੈ ਜੀ ਆਮਨਾਮਾ ਜਿਵੇਂ ਆਪਾਂ ਕਹਿੰਦੇ ਕਿਸੇ ਪਰਸਨ ਦਾ ਨਾਮ ਆ ਨੈਕਸਟ ਦੇਖੋ ਜੀ 21 ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਪੰਜ ਕਿਸਮਾਂ ਕਿੰਨੀਆਂ ਹੁੰਦੀਆਂ ਵਿਸ਼ੇਸ਼ਣ ਦੀਆਂ ਜੀ ਪੰਜ ਕਿਸਮਾਂ ਨੈਕਸਟ ਨੰਬਰ 22 ਸਕਰਮਕ ਕਿਰਿਆ ਦੇ ਕਿੰਨੇ ਭਾਗ ਹੁੰਦੇ ਨੇ ਕਿੰਨੇ ਭਾਗ ਹੁੰਦੀਆਂ ਜੀ ਸਹੀ অপਸ਼ਨ ਕੀ ਹੈ ਜੀ ਦੋ ਭਾਗ ਹੁੰਦੇ ਨੇ ਨੈਕਸਟ ਨੰਬਰ 23 ਰੂਪ ਦੇ ਅਧਾਰ ਤੇ ਜੋਜਕਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਦੋ ਕਿੰਨੇ ਕਿਸਮਾਂ ਹੁੰਦੀਆਂ ਨੇ ਜੀ ਦੋ ਕਿਸਮਾਂ ਹੁੰਦੀਆਂ ਨੇ ਨੈਕਸਟ ਨੰਬਰ 24 ਆਪਣੀ ਹੱਥੀ ਆਪ ਆਪਨਾ ਆਪੇ ਹੀ ਡੈਸ਼ ਅਖਾਂਡ ਪੂਰੀ ਕਰੋ ਤੁਹਾਨੂੰ ਆਈ ਥਿੰਕ ਇਹ ਸਭ ਨੂੰ ਹੀ ਆਂਦੀ ਹੋਣੀਆ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਗਾਇਸ ਤੁਹਾਨੂੰ ਇਹ ਪੰਜਾਬੀ ਲੈਂਗੁਏਜ ਮੁਹਾਵਰੇ ਵੀ ਆਉਣੇ ਨੇ ਸੋ दैट ਜਿੰਨੇ ਤੁਹਾਡੇ ਮੁਹਾਵਰੇ ਯਾਦ ਕੀਤੇ ਹੋਏ ਨੇ ਇੱਕ ਵਾਰ ਪ੍ਰਪੇਅਰ ਕਰ ਲਓ ਮੁਹਾਵਰੇ ਤੁਹਾਡੇ ਇੱਕ ਨੰਬਰ ਪੱਕਾ ਆਣਾ ਹੀ ਆਣਾ ਵਾ ਕਾਜ ਸਵਾਰੀਏ ਸਹੀ ਆਪਸ਼ਨ ਆ ਨੈਕਸਟ ਨੰਬਰ 25 ਰੰਗ ਉੱਡਣਾ ਮੁਹਾਵਰੇ ਦਾ ਅਰਥ ਹੈ ਕੀ ਅਰਥਾ ਜੀ ਘਬਰਾ ਜਾਣਾ ਲੈ ਕਿਸ ਨੂੰ ਦੇਖ ਕੇ ਘਬਰਾ ਜਾਣਾ ਜਾਂ ਵੈਸੇ ਕੋਈ ਚੀਜ਼ ਤੋਂ ਘਬਰਾ ਜਾਣਾ ਸਹੀ ਆਪਸ਼ਨ ਕੀ ਹੈ ਜੀ ਦੀ ਘਬਰਾ ਜਾਣਾ ਇਹਦੇ ਵਿੱਚ ਗਾਇਸ ਆਪਾਂ 25 ਜੋ ਐਮਸੀਕਿਊਜ਼ ਆ ਕੰਪਲੀਟ ਕੀਤੀ ਹੈ ਡਨ ਕੀਤੀ ਨੇ ਨੈਕਸਟ ਦੇਖਦੇ ਹਾਂ ਜੀ ਆਪਣੇ ਕੋਲ 26 ਲਾਈਕ ਕਰੰਟ ਅਫੀਅਰਸ ਦੀ ਆਪਣੇ ਕੋਲ ਐਮਸੀਕਿਊਜ਼ ਨੇ ਇੰਗਲਿਸ਼ ਤੇ ਪੰਜਾਬੀ ਲੈਂਗੁਏਜ ਬੋਥ ਚ ਨੇ ਤੁਹਾਡਾ ਐਗਜ਼ਾਮ ਇੰਗਲਿਸ਼ ਤੇ ਪੰਜਾਬੀ ਬੋਥ ਲੈਂਗੁਏਜ ਆਊਗਾ ਐਂਟੀਟੀ ਦਾ ਐਗਜ਼ਾਮ ਮੈਨੂੰ ਬਹੁਤ ਬਹੁਤ ਬਾਰੀ ਬੱਚਿਆਂ ਦਾ ਕਮੈਂਟ ਵੀ ਆ ਰਿਹਾ ਸੀ ਕਿ ਮੈਮ ਸਾਡਾ ਕਿਸ ਲੈਂਗੁਏਜ ਚ ਐਗਜ਼ਾਮ ਹੋਣਾ ਇੰਗਲਿਸ਼ ਤੇ ਪੰਜਾਬੀ ਬੋਥ ਚ ਆਊਗਾ ਸੋ दैट ਤੁਸੀਂ ਦੋਨਾਂ ਚ ਕੀ ਅਟੈਂਪਟ ਕਰ ਸਕਦੇ ਹੋ ਹਾਂਜੀ ਇਹਦੇ ਵਿੱਚ ਆਪਾਂ ਦੇਖਦੇ 26 ਜੋ ਕੁਐਸਚਨ ਆ ਪਹਿਲੇ ਵਿਸ਼ਵ ਜੁੱਧ ਦੀ ਸ਼ੁਰੂਆਤ ਹੋਈ ਸੀ ਪਹਿਲੇ ਵਿਸ਼ਵ ਜੁੱਧ ਦੀ ਸ਼ੁਰੂਆਤ ਕਦੋਂ ਹੋਈ ਸੀ ਐਸਐਸਟੀ ਦਾ ਕੁਐਸਚਨ ਆਪਣੇ ਕੋਲ ਜੀ 1914 ਈਸਵੀ ਵਿੱਚ ਸਹੀ ਆਪਸ਼ਨ ਕਿਹਾ ਜੀ 1914 ਨੈਕਸਟ ਨੰਬਰ 27 ਸਿੱਧੂ ਘਾਟੇ ਸਭਿਤਾ ਜੁੜੀ ਹੈ ਕਿਹਦੇ ਨਾਲ ਜੁੜੀ ਹੋਈ ਹੈ ਜੀ ਨੰਬਰ ਬੀ ਆਪਣੇ ਕੋਲ ਆਪਸ਼ਨ ਸਹੀ ਹੈ ਸੁਮੇਰੀਅਨ ਨਾਲ ਨੈਕਸਟ 28 ਗਾਂਧੀ ਜੀ ਦਾ ਡਾਚੀ ਮਾਰਚ ਡੈਸ਼ ਤੋਂ ਆਰੰਭ ਹੋਇਆ ਕਿੱਥੋਂ ਹੋਇਆ ਸੀ ਜੀ ਸੌਰੀ ਡੱਡੀ ਡੱਡੀ ਮਾਰਚ ਡੈਸ਼ ਤੋਂ ਰੰਭੂ ਹੋਇਆ ਅਹਮਦਾਬਾਦ ਨੈਕਸਟ ਦੇਖੋ ਜੀ ਨੰਬਰ 29 ਇਨਕਲਾਬ ਜਿੰਦਾਬਾਦ ਨਾਰਾ ਕਿਸ ਦੁਆਰਾ ਦਿੱਤਾ ਗਿਆ ਸੀ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ ਇਨਕਲਾਬ ਜਿੰਦਾਬਾਦ ਨਾਰਾ ਕਿਸ ਦੁਆਰਾ ਦਿੱਤਾ ਗਿਆ ਸੀ ਸਹੀ ਆਨਸਰ ਹੈ ਜੀ ਇਕਬਾਲ ਇਕਬਾਲ ਦੁਆਰਾ ਦਿੱਤਾ ਗਿਆ ਸੀ ਨੈਕਸਟ ਨੰਬਰ 30 ਨਿਮਤ ਲਿਖੇ ਵਿੱਚੋਂ ਕਿਹੜਾ ਸ਼ਬਦ ਤੋਂ ਚਮਕੀਲਾ ਗ੍ਰਹਿ ਹੈ ਨਿਮਤ ਲਿਖੇ ਵਿੱਚੋਂ ਕਿਹੜਾ ਸਭ ਤੋਂ ਕਿਹੜਾ ਸਭ ਤੋਂ ਚਮਕੀਲਾ ਗ੍ਰਹਿ ਹੈ ਕਿਹੜਾ ਜੀ ਆਪਣੇ ਕੋਲ ਸ਼ੁਕਰ ਨੈਕਸਟ 31 32, 32, 33 ਦੇ ਆਕਾਰ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਸ਼ਬਦ ਚਪਟਾ ਗੋਲ ਜਿਹੜਾ ਆਪਣੇ ਕੋਲ ਸਹੀ ਕਰੈਕਟ ਸ਼ਬਦ ਵਰਤਿਆ ਜਾਂਦਾ ਵਾ ਚਪਟਾ ਗੋਲ ਨੈਕਸਟ 32 21 ਜੂਨ ਨੂੰ ਦਿਨ ਦੀ ਰੋਸ਼ਨੀ ਉੱਤਰੀ ਤਰੁਪਤੇ ਡੈਸ਼ ਲਈ ਵੇਖੀ ਜਾਂਦੀ ਹੈ 24 ਘੰਟੇ ਸਹੀ ਆਨਸਰ ਕੀ ਆਊਗਾ ਜੀ 24 ਘੰਟੇ ਇਹਦੇ ਵਿੱਚ ਆਪਣੇ ਕੋਲ ਜੋ 32 ਆਪਣੇ ਕੋਲ ਕੁਸ਼ਚਨ ਆ ਉਹਦਾ ਸਹੀ ਆਨਸਰ ਜੀ 24 ਘੰਟੇ ਨੈਕਸਟ 33 ਦੇਖੋ ਜੀ ਕਿਸੇ ਸਥਾਨ ਦਾ ਸਥਾਨਿਕ ਸਮਾਂ ਇਸ ਦੇ ਡੈਸ਼ ਸੰਦਰਭ ਨਾਲ ਜਾਣਿਆ ਜਾਂਦਾ ਹੈ ਕਿ ਦਿਨ ਅੱਜ ਆਪਣੇ ਕੋਲ ਫੋਰ অপਸ਼ਨ ਦਿੱਤੀ ਹੋਈ ਹੈ ਨਹੀਂ ਕਿ ਇਹ ਸਹੀ ਆਪਸ਼ਨ ਕਿ ਹੈ ਜੀ ਸੀ ਰਿਕਾਂਸ਼ੀ ਸਥਿਤੀ ਨੈਕਸਟ ਦੇਖੋ ਜੀ 34 ਵਿੱਤੀ ਨੀਤੀ ਡੈਸ਼ ਨਾਲ ਸੰਬੰਧਿਤ ਹੈ ਆਪਣੇ ਕੋਲ ਇਹਦੇ ਵਿੱਚ ਕੀ ਹੈ ਜੀ ਜਨਤਕ ਰਾਜਸਵ ਜਨਤਕ ਖਰਚੀ ਅਤੇ ਕਰਜ਼ੇ ਜਾਂ ਬੈਂਕ ਦਰ ਨੀਤੀ ਜਾਂ ਫਿਰ ਦੋਵੇਂ ਏ ਔਰ ਬੀ ਤਾਂ ਸਹੀ ਆਪਸ਼ਨ ਕਿ ਹੈ ਜੀ ਡੀ ਦੋਵੇਂ ਹੀ ਆਪਣੇ ਕੋਲ ਕੀ ਨੇ ਵਧਦੇ ਜਾਂਦੇ ਸਬੰਧ ਰੱਖਦੇ ਨੇ ਨੈਕਸਟ ਦੇਖੋ 35 ਗਾਇਸ ਜਿੰਨੇ ਬੱਚੇ ਨੇ ਬਿਲਕੁਲ ਇੰਗਲਿਸ਼ ਦੇ ਕੁਐਸਚਨ ਪੇਪਰ ਅਟੈਂਪਟ ਕਰਨਾ ਵਾ ਤੁਸੀਂ ਡੋਂਟ ਵਰੀ ਤੁਹਾਨੂੰ ਮੇਰੇ ਟੈਲੀਗ੍ਰam ਗਰੁੱਪ ਚ ਇਸ ਦੀ ਪੀਡੀਐਫ ਮਿਲ ਜੂਗੀ ਠੀਕ ਹੈ ਉੱਥੇ ਪੀਡੀਐਫ ਤੋਂ ਜਾ ਕੇ ਤੁਸੀਂ ਆਪਣਾ ਕੀ ਹੈ ਪ੍ਰਿੰਟਰ ਕੱਢ ਕੇ ਆਪਣੀ ਵੇਰੀ ਪੇਪਰ ਦੀ ਪ੍ਰੈਕਟਿਸ ਕਰ ਸਕਦੇ ਹੋ ਬਟ ਗਾਇਸ ਉਸ ਪੀਡੀਐਫ ਵਿੱਚ ਤੁਹਾਨੂੰ ਕੋਈ ਆਨਸਰ ਕੀ ਨਹੀਂ ਪ੍ਰੋਵਾਈਡ ਕੀਤੀ ਜਾਏਗੀ ਆਨਸਰ ਕੀ ਤੁਹਾਨੂੰ ਓਨਲੀ ਵੀਡੀਓ ਵਿੱਚ ਹੀ ਮਿਲੇਗੀ ਤੁਸੀਂ ਪ੍ਰਿੰਟ ਆਊਟ ਕੱਟਣ ਤੋਂ ਬਾਅਦ ਆਪਣੀ ਆਨਸਰ ਕੀ ਵੀਡੀਓ ਤੋਂ ਕੀ ਨੋਟ ਕਰ ਸਕਦੇ ਹੋ ਨੈਕਸਟ ਦੇਖੋ ਜੀ 35 ਰਾਸ਼ਟਿਕੰਤ ਬਾਦ ਰਾਸ਼ਟਿਕੰਤ ਬਾਦ ਭਾਰਤੀ सॉरी गाइस हाँ जी राष्ट्रीयकरण तो बाद भारती अपने को जो इंपीरियल बैंक नु ए नाम यी स्टेट बैंक ऑफ इंडिया को ऑप्शन पंजाब नैशनल बैंक तो सही बै अपने ऑप्शन है जी सी स्टेट बैंक ऑफ इंडिया इकनोमिक्स का क्वेश्चन है जी थोड़ा यह लाइक अपने को सी जो इकनोमिक्स आँदी है अर्थशास्त्र उसका क्वेश्चन है नैक्सट देखो जी थर्टी सिक्स अपने को कहेंगे बीयरस बुलर्ज अपने को शब्द ਉਨ੍ਹਾਂ ਸਟੇਜ ਬਾਜ਼ਾਂ ਦਾ ਹਵਾਲਾ ਦਿੰਦੇ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਸ਼ੇਰਾਂ ਦੀ ਕੀਮਤ ਡੈਸ਼ ਕੀ ਹੁੰਦੀ ਹੈ ਨੇ ਕਰੰਬਰ ਹੇਠਾਂ ਆ ਕੇ ਉੱਪਰ ਜਾਣਗੀਆਂ ਕਰੰਬਰ ਹੇਠਾਂ ਆ ਕੇ ਵੀ ਕਈ ਵਾਰ ਉਹ ਹੇਠਾਂ ਆ ਜਾਂਦੀਆਂ ਨੇ ਆਫਟਰ दैट ਫਿਰ ਕੀ ਉਹ ਉੱਪਰ ਜਾਣਗੀਆਂ ਨੈਕਸਟ ਦੇਖੋ ਜੀ 37 ਸ਼ਬਦ ਪੇਪਰ 골ਡ ਡੈਸ਼ ਨਾਲ ਸੰਬੰਧਿਤ ਹੈ ਪੇਪਰ 골ਡ ਸ਼ਬਦ ਕਾਹਦੇ ਨਾਲ ਸੰਬੰਧਿਤ ਹੈ ਜੀ ਆਈ ਐਮ ਐਫ ਦੇ ਵਿਸ਼ੇਸ਼ ਨਿਕਾਸੀ ਅਧਿਕਾਰ ਨਾਲ ਆਪਸ਼ਨ ਸੀ ਜਿਹੜੀ ਕਰੈਕਟ ਹੈ ਆਈ ਅਮ ਆਪ ਦੇ ਵਿਸ਼ੇਸ਼ ਨਿਕਾਸੀ ਅਧਿਕਾਰ ਦੇ ਨਾਲ ਨੈਕਸਟ 38 ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਕੀ ਹੈ ਜੀ ਨਾਗਰਿਕਤਾ ਅਧਿਕਾਰ ਜਾਂ ਆਰਥਿਕ ਅਧਿਕਾਰ ਜਾਂ ਸਮਾਜਿਕ ਅਧਿਕਾਰ ਜਾਂ ਰਾਜਨੀਤਿਕ ਅਧਿਕਾਰ ਸਹੀ ਆਪਸ਼ਨ ਕੀ ਹੈ ਜੀ ਏ ਨਾਗਰਿਕ ਦਾ ਅਧਿਕਾਰ 38 MCQ ਜੀ ਆਪਾਂ ਕੰਪਲੀਟ ਕਰ ਲਿੱਤੇ ਆ एक बार फिर तो मैं थोड़ा शो कर रही हूँ तक जिनके अपने को स्टूडेंट्स ने इंग्लिश मीडियम अपना क्वेश्चन पेपर अटैम्प्ट करना उन्होंने फुल पी डी एफ की है शो हो सके तो पॉज करके अपने जो क्वेश्चनस ने रीड आउट कर हो दे। गाइज देखो जी हाँ जी थर्टी एट तक आपलीट कर चुके हैं नैक्सट देखते हैं जी थर्टी नाइन अपने कोम सीज नंबर थर्टी नाइन देखो की कह रहे हैं कि अपने को पार्ट का विशा समाजिक सुरक्षा समाजिक बीमा डैश शामिल किया गया है सही अपने कोप्शन किया जी संबर सूची ਸਹੀ ਆਪਸ਼ਨ ਕਿਹਾ ਜੀ ਸੰਵਰਤੀ ਸੂਚੀ ਨੈਕਸਟ ਨੰਬਰ 4d ਦੇਖੋ ਜੀ ਮਾਰਕਸਵਾਦੀ ਸਿਧਾਂਤ ਵਿੱਚ ਸਮਾਜ ਪਰਮੁਖ ਅਤੇ ਨਿਰਪਰ ਵਰਗਾਂ ਵਿੱਚ ਵੰਡਿਆ ਹੋਇਆ ਹੈ ਪਰਮੁਖ ਵਰਗ ਡੈਚ ਦੇ ਸਕਾਰ ਰੂਪ ਨਾਲ ਰਾਜ ਨੂੰ ਨਿਜੰਤਰ ਕਰਦਾ ਹੈ ਕਾਦੇ ਨਾਲ ਜੀ ਨੰਬਰ ਆਪਣੇ ਕੋਲ ਆਪਸ਼ਨ ਕਿਹਾ ਜੀ b ਰਾਜਨੀਤਿਕ ਸ਼ਕਤੀ ਨੈਕਸਟ ਦੇਖੋ 41 41 ਚ ਆਪਣੇ ਕੋਲ ਜੀ एमसीक्यू ਸੋਰੀ ਮੈਚ ਦੀ ਕਾਲਮ ਦਿੱਤੀ ਹੋਈ ਨੇ ਤਾਂ ਮੈਚ ਦੀ ਕਾਲਮਸ ਦੀ ਅਕੋਰਡਿੰਗ ਸਾਨੂੰ ਸਹੀ ਆਪਸ਼ਨ ਕਿ ਅਸੀਂ ਕਰੈਕਟ ਕਰਨੀ ਆ ਤੁਸੀਂ ਇੱਕ ਵਾਰੀ ਗਾਇਸ ਵੀਡੀਓ ਨੂੰ ਪਾਉਜ਼ ਕਰਨਾ ਵੀਡੀਓ ਨੂੰ ਪਾਉਜ਼ ਕਰਕੇ ਤੁਸੀਂ ਆਪਣੇ ਮੈਚ ਦੀ ਕਾਲਮ ਕਿ ਇੱਕ ਵਾਰੀ ਚੈੱਕ ਆਊਟ ਕਰ ਸਕਦੇ ਹੋ ਫਰਸਟ ਦਿੱਤਾ ਹੋਇਆ ਪਾਰਟ ਸੈਕਿੰਡ ਪਾਰਟ ਦਿੱਤਾ ਹੋਇਆ ਤੇ ਆਫਟਰ ਤੁਸੀਂ ਇਹਨਾਂ ਨੂੰ ਮੈਚ ਕਰਕੇ ਦੇਖਣਾ ਵੀ ਤੁਹਾਡੀ ਕਿਹੜੀ ਆਪਸ਼ਨ ਕਿਹਿਆ ਕਰੈਕਟ ਹੈ ਇਹਦੇ ਵਿੱਚ ਜੋ ਕਰੈਕਟ ਆਨਸਰ ਹੈ ਗਾਇਸ ਬੀ ਆਨਸਰ ਕਰੈਕਟ ਆ ਤੁਸੀਂ ਇਸ ਨੂੰ ਪਾਉਜ਼ ਕਰਕੇ ਸੈਲਫ ਸਟੱਡੀ ਕਰਨੀ ਆ ਨੈਕਸਟ ਦੇਖੋ ਜੀ ਆਪਣੇ ਕੋਲ 42 ਮਨੋੱਖ ਇੱਕ ਸਮਾਜਿਕ ਪ੍ਰਣਾਲੀ ਹੈ ਇਹ ਕਿਸ ਨੇ ਕਿਹਾ ਬੋ ਮੋਸਟ ਇੰਪੋਰਟੈਂਟ MCQ ਜੀ ਇਹ ਆਪਣੇ ਕੋਲ ਹੈਗਾ ਜਕਿੰਨੇ ਕਿਹਾ ਅਰਸਤੂ ਨੇ ਜੋ ਆਪਣੇ ਰਾਈਟਰਸ ਨੇ ਅਰਸਤੂ ਉਹਨਾਂ ਨੇ ਆਪਣੇ ਕੋਲੇ ਵਰਕ ਕੀ ਕਹੇ ਨੇ ਨੈਕਸਟ 43 ਜੇ ਵੀ ਆਪਣੇ ਕੋਲ ਮੈਚ ਦੀ ਕਾਲਮ ਆ ਗਾਈਜ਼ ਇਹਦੇ ਵਿੱਚ ਆਪਣੇ ਕੋਲ ਦਿੱਤੇ ਹੋਏ ਨੇਗੇ ਨੇਮ ਦਿੱਤੇ ਹੋਏ ਨੇਗੇ ਸਿੱਧਾ ਆਦਿੱਤ્ય ਹੋਏ ਨੇ ਤਾਂ ਇਸ ਦੀ ਵੀ ਆਪਾਂ ਆਪਸ਼ਨਸ ਨੂੰ ਜੋ ਮੈਚ ਕਰਨ ਤੋਂ ਬਾਅਦ ਫਿਰ ਆਪਾਂ ਆਪਣੇ ਆਪਸ਼ਨਸ ਨੂੰ ਕਰੈਕਟ ਕਰਨਾ ਹੈ ਵੀ ਕਿਹੜੀ ਆਪਸ਼ਨਸ ਇਹਦੇ ਵਿੱਚ ਕਰੈਕਟ ਆ ਤੁਹਾਨੂੰ ਇਸੇ ਤਰ੍ਹਾਂ ਦੇ ਵੀ ਕੁਐਸਚਨ ਕੀ ਪੁੱਛੇ ਜਾ ਸਕਦੇ ਐ ਐਗਜ਼ਾਮ 'ਚ ਮੈਚ ਦੇ ਕਾਲਮ ਵੀ ਆ ਸਕਦੀ ਐ ਐਗਜ਼ਾਮ 'ਚ ਨੈਕਸਟ ਦੇਖਦੇ ਹਾਂ 44 ਆਪਣੇ ਕੋਲ ਕੁਐਸਚਨ ਕੀ ਦਿੱਤੇ ਹੈ ਬਲੈਂਕਸ ਦੇ ਅਕੋਰਡਿੰਗ ਦਿੱਤਾ ਹੋਇਆ ਇਹਨਾਂ ਨੇ ਆਪਣੇ ਕੋਲ ਜੀ ਸਵੈਨਿਯੰਤਰਿਤ ਦਾ ਕਾਲ ਡੈਸ਼ ਆਸ਼ਰਮ ਨੂੰ ਦਰਸਾਉਂਦਾ ਹੈ ਕੀ ਇਹਨੂੰ ਦਰਸਾਉਂਦਾ ਜੀ ਬ੍ਰਹ ਨੈਕਸਟ 45 ਪਰਵੰਤੀ ਕੀ ਵਿਵਹਾਰ ਕਿਤਾਬ ਡੈਸ਼ ਦੁਬਾਰਾ ਲਿਖੀ ਗਈ ਸੀ ਕਿਹਦੇ ਦੁਆਰਾ ਲਿਖੀ ਗਈ ਸੀ ਜੀ ਐਚ ਏ ਸਾਈਮਨ ਐਚ ਏ ਸਾਈਮਨ ਨੈਕਸਟ 46 ਕਿਸ ਐਕਟ ਦੇ ਪ੍ਰਾਂਤਾਂ ਵਿੱਚ ਲੋਕ ਸੇਵਾ ਅਜੋਗ ਮਹੱਈਆ ਕਰਵਾਇਆ ਕਿਹੜਾ ਐਕਟ ਸੀਗਾ ਜੀ ਭਾਰਤ ਸਰਕਾਰ ਐਕਟ 1935 ਨੈਕਸਟ ਦੇਖਦੇ ਹਾਂ ਜੀ 47 ਪੰਚਾਇਤੀ ਰਾਸ ਸੰਸਥਾਵਾਂ ਨੂੰ ਡੈਸ਼ ਤੋਂ ਗ੍ਰਾਂਟਾਂ ਦੇ ਰੂਪ ਵਿੱਚ ਵਿੱਤ ਪ੍ਰਾਪਤ ਹੁੰਦਾ ਹੈ ਕਿੱਥੋਂ ਹੁੰਦਾ ਜੀ ਰਾਜ ਸਰਕਾਰ ਤੋਂ ਰਾਜ ਸਰਕਾਰ गाइज़ आप फोर्टन एम सी क्यूज़ की डन कर चुकी हैं जी एक बार देख लो पी डी एफ अपने को चैकआउट तो कर सकते हो अगर इंग्लिश क्वेश्चन रीड करना चाहते हो तो सी इंग्लिश भी अपने कोश्चनस की है रीड कर सकते हो अगर थोड़ी क्वेश्चनस के रिगार्डिंग अपने को पी डी एफ चाहिए है तो तुम टैलीग्राम ग्रुप में जरूर ज्वाइन कर सकते हो टैलीग्राम ग्रुप का लिंक मैं थोड़ा तो डिस्क्रिप्शन प्रोवाइड कर दूँगी अगर थोड़ा उतो तो तो लिंक ओपन नहीं हो रहा है तो मैं के एंड दस भी दऊँगी भी तीस की नेम लिख के अपने को जो टैलीग्राम ग्रुप है शेयर सर्च कर सकते हो नैक्सट देखो जी अपने को फोर्ट एट ਆਪਣੇ ਕੋਲ MCQਸ ਨੰਬਰ 48 48 ਕੀ ਕਹਿ ਰਹੇ ਨੇ ਕਿ ਹੇਠ ਲਿਖਿਆਂ ਵਿੱਚੋਂ ਕਿਸ ਭਾਵਨਾ ਨੂੰ ਨਕਾਰਾਤਮਕ ਭਾਵਨਾ ਕਿਹਾ ਜਾਂਦਾ ਹੈ ਕਿਹੜੀ ਅ ਜੀ ਆਪਣੇ ਕੋਲ ਸਹੀ ਆਪਸ਼ਨ ਕੀ ਹੈ ਜੀ ਡਰ ਕਿਹੜੀ ਭਾਵਨਾ ਜੀ ਡਰ ਨੈਕਸਟ 49 ਭੋਜਨ ਅਜ਼ੀਰੰਤਾ ਡੈਸ਼ ਲਈ ਇੱਕ ਰੋਗਾਤਮਕ ਡਰ ਹੈ ਕਿਹਦੇ ਲਈ ਜੀ ਖਾਣ ਲਈ ਨੈਕਸਟ 50 ਵਿਵਹਾਰ ਦਾ ਡੈਸ਼ ਤਰੀਕਿਆਂ ਨਾਲ ਪ੍ਰਾਪਤ ਕੀਤੇ ਜਾਂਦੇ ਹਨ अपने को दो में आंसर ने ए और सी ए देखो जी सीधे संपर्क सी है जी बाल पालन सही आंसर क्या जी ऑप्शन डी दो में ए और सी नैक्सट फिफ्टी वन लाल बत्ती रखिया हरे पत्तिया वाला एक पौधा दिखाई देगा की देगा जी काला साइंस कालाइंस क्वेश्चन किया हो दिखाई देगा जी काला नैक्सट फिफ्टी टू देखो जी एम सी बैरोमीटर रीडिंग अचानक गिरावट दरसा है ਕੀ ਦਰਸਾਉਂਦੀ ਹੈ ਜੀ ਗ੍ਰਾਫਟ ਦਰਸਾਉਂਦੀ ਹੈ ਕਦੋਂ ਤੂਫਾਨ ਚ ਕਿਹੜੇ ਮੌਸਮ ਚ ਜੀ ਤੂਫਾਨ ਚ ਨੈਕਸਟ 53 ਫਿਊਜਸ ਦਾ ਦੀ ਵਰਤੋਂ ਡੈਸ਼ ਲਈ ਕੀਤੀ ਜਾਂਦੀ ਹੈ ਇੱਕ ਸਰਕਟ ਤੋਂ ਲੰਘਣ ਵਾਲੇ ਇੱਕ ਅਨੁਚਿਤ ਉੱਚ ਬਿਜਲੀ ਦੇ ਕਰੰਟ ਨੂੰ ਰੋਕਣ ਲਈ ਜੋ ਵੀ ਆਪਾਂ ਫਿਊਜ ਕਹਿੰਦੇ ਆ ਫਿਊਜ ਦੀ ਵਰਤੋਂ ਆਪਣੀ ਕੀਤੀ ਜਾਂਦੀ ਹੈ অপਸ਼ਨ ਬੀ ਹੈ ਇਹਦੇ ਵਿੱਚ ਕੀ ਹੈ கரੈਕਟ ਸੈਂਟੈਂਸ ਨੂੰ ਅਸੀਂ ਦੁਬਾਰਾ ਇੱਕ ਵਾਰ ਰੀਡ ਆਊਟ ਜ਼ਰੂਰ ਕਰ ਲੈਣਾ ਨੈਕਸਟ ਦੇਖੋ 54 ਬਿਜਲੀ ਦੇ ਫਿਲਾਮੈਂਟ ਵਿੱਚ ਵਰਤੀ ਜਾਣ ਵਾਲੀ ਤਾਤੂ ਹੈ ਕਿਹੜੀ ਧਾਤੂ ਹੈ ਜੀ ਨੰਬਰ ਡੀ ਟੰਗ ਸਟਨ ਟੰਗ ਸਟਨ ਦੁਆਰਾ ਦੇਖੋ ਜੀ ਨੰਬਰ ਡੀ ਟੰਗ ਸਟਨ ਨੈਕਸਟ 55 55 ਆਪਣੇ ਕੋਲ MCQ ਜਿਸ ਸਵਾਲ ਦਿੱਤੀਆਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਗੈਸ ਵਿੱਚ ਆਵਾਜ਼ ਦੀ ਗਤੀ ਸਭ ਤੋਂ ਘੱਟ ਹੋਵੇਗੀ ਕਿਹਦੇ ਵਿੱਚ ਗਤੀ ਘੱਟ ਹੋਵੇਗੀ অপਸ਼ਨ ਨੰਬਰ ਡੀ ਇਹਦੇ ਵਿੱਚ கரੈਕਟ ਹੈ ਜੀ ਸਲਫਰ ਡਾਈ ਆਕਸਾਈਡ ਨੈਕਸਟ ਦੇਖੋ 56 ਕਿਸੇ ਪਦਾਰਥ ਦੇ ਸਿੱਧੇ ਠੋਸ ਅਵਸਥਾ ਤੋਂ ਭਾਫ਼ ਅਵਸਥਾ ਵਿੱਚ ਤਬਦੀਲੀ ਅਖਵਾਉਂਦੀ ਹੈ ਕੀ ਹੁੰਦੀ ਹੈ ਜੀ ਆਪਣੇ ਕੋਲ ਕਿਹចੀ ਤੱਕ ਤਬਦੀਲੀ ਆਖਵਾਂਦੀ ਹੈ ਜੀ ਨੰਬਰ B ਆਪਣਾ ਆਪਸ਼ਨ ਕਰੈਕਟ ਆ ਸੋਧਨ ਜ। ਨੈਕਸਟ 57 ਅਨਾਜ ਦੀ ਸਾਮ ਸੰਭਾਲ ਲਈ ਹੇਠ ਲਿਖੇ ਵਿੱਚੋਂ ਕਿਹੜਾ ਇਸਤੇਮਾਲ ਕੀਤਾ ਜਾਂਦਾ ਹੈ? ਕੀ ਇਸਤੇਮਾਲ ਕੀਤਾ ਜਾਂਦਾ ਜੀ ਆਪਣੇ ਕੋਲ ਅਨਾਜ ਲਈ ਨੰਬਰ C ਸੋਡੀਅਮ ਨੰਬਰ C ਸੋਡੀਅਮ ਬੈਜੂਏਟ ਨੈਕਸਟ 58 ਦੇਖੋ ਜੀ ਹੇਠ ਲਿਖੇ ਵਿੱਚੋਂ ਕਿਹੜੀ ਸਭ ਤੋਂ ਸਖਤ ਤੂਆ? ਕਿਹੜੀ ਸਖਤ ਤੂਆ ਜੀ ਹੀਰਾ। ਨੈਕਸਟ ਦੇਖੋ ਨੰਬਰ 59 ਹੇਠ ਲਿਖਿਆਂ ਵਿੱਚੋਂ ਕਿਹੜਾ ਐਸਿਡ ਪਾਚ ਕਸਾਂ ਵਿੱਚ ਮਿਲਦਾ ਹੈ ਕਿਹੜਾ ਐਸਿਡ ਮਿਲਦਾ ਜੀ ਹਾਈਡਰੋਕਲੋਰਿਕ ਐਸਿਡ ਹਾਈਡਰੋਲੋਰਿਕ ਐਸਿਡ ਨੈਕਸਟ ਨੰਬਰ 16 16 ਨੰਬਰ ਦੇਖੋ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਕਿਸੇ ਉਦਯੋਗਿਕ ਖੇਤਰ ਵਿੱਚ ਤੇਆਬੀ ਬਰਖਾ ਦਾ ਕਾਰਨ ਬਣ ਸਕਦੀ ਆ ਗਾਇਸ ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਆਪਣੇ ਕੋਲ ਤੇਆਬੀ ਬਰਖਾ ਦੇ ਕੁਐਸਚਨ ਮੋਸਟਲੀ ਆਉਂਦੇ ਨੇ ਐਗਜ਼ਾਮ 'ਚ ਇਹਦੇ ਵਿੱਚ ਜੋ ਆਪਣੇ ਕੋਲ ਇੰਗਲਿਸ਼ 'ਚ ਇਹਦਾ ਨੇਮ ਆਪਣੇ ਕੋਲ ਕੀ ਹੈ ਜੀ SO2 SO2 नैक्सट देखो सिक्सट वन जीव जंतु जो अपने वातावरण अंतर क्रिया करके अपने भोजन का संश संश्लेषण करते हैं खवादा जी स्वै पोछी स्वै पोछी देखो जी अपने को सिक्सटी वन तक एम सी क्यूज कंप्लीट कर दिए है गए एक बार तुम इंग्लिश लैंग्वेज भी अपना क्वेश्चन पेपर की चेक कर सदते वीडियो में प्राउज करके अपने क्वेश्चन की रीड भी कर सदते हो नैक्सट देखते हैं गाइज आप जो नैक्सट अपने कोम सीज़ नेिक्सट वन तो जो नैक्सट एम सी क्यूज़ नेकआउउट करते हैं हाँ जी सिक्सटी टू 62 ਦੇਖੋ ਜੀ ਕੀ ਕਹਿੰਦੇ ਨੇ ਹੇਟ ਲਿਖਿਆ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਦੇ ਸੰਭਾਵਿਤ ਪ੍ਰਭਾਵਾਂ ਦੀ ਇੱਕ ਉਦਾਹਰਨ ਹੈ ਕਿਹੜਾ ਜੀ ਸਮੁੰਦਰ ਦਾ ਪੱਧਰ ਉੱਚਾ ਹੋਵੇਗਾ ਕੀ ਹੈ ਜੀ ਸਮੁੰਦਰ ਦਾ ਪੱਧਰ ਉੱਚਾ ਹੋਵੇਗਾ ਨੈਕਸਟ ਨੰਬਰ 3 ਦੇਖੋ 63 62 ਵਿੱਚ ਕੀ ਕਹਿੰਦੀ ਆ ਰਿਓ ਡੀ ਜੈਨਰੋ ਆਪਣੇ ਕੋਲ ਅਰਥ ਸਿਖਰ ਸੰਮੇਲਨ ਵਿੱਚ ਹੋਇਆ ਸਮਝੋਤਾ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਿੱਚ ਅਸਫਲ ਕਿਉਂ ਰਿਹਾ ਕਿਉਂ ਰਿਹਾ ਜੀ ਦੇ ਸਾਰ ਹੀ ਕਾਰਨ ਨੇ ਦੇਖੋ ਜੇਪਕਰਨ ਪੜਦੇ ਧਿਆਨ ਨਾਲ ਸੰਯੁਕਤ ਰਾਜ ਅਮਰੀਕਾ ਰਿਓ ਦੇ ਸਹਿਮਤੀ ਕੀਤੀ ਨਿਕਾਸੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਜਾਂ ਜਾਪਾਨ ਰਿਓ ਦੇ ਸਹਿਮਤ ਕੀਤੀ ਨਿਕਾਸੀ ਦੀ ਕਮਨ ਕਮੀ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਜਾਂ ਨੰਬਰ ਸੀ ਭਾਰਤ ਤੇ ਚੀਨ ਰਿਓ ਦੇ ਸਹਿਮਤ ਕੀਤੀ ਨਿਕਾਸੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਜਾਂ ਫਿਰ ਉਪਰੋਕਤ ਸਾਰੇ ਤਾਂ ਗਾਇਜ਼ ਇਹਦੇ ਵਿੱਚ ਆਪਣੇ ਕੋਲ ਜੋ ਆਨਸਰ ਡੀ ਹੈ ਜੀ ਉਪਰੋਕਤ ਸਾਰੇ ਹੀ ਇਹਨਾਂ ਨੇ ਆਪਣੇ ਕੋਲ ਕਿਹਾ ਜੀ ਕਾਰਨਸ ਨੇ ਨੈਕਸਟ 64 64 ਆਪਣੇ ਕੋਲ ਕੁਐਸਚਨਸ ਕੀ ਕਹਿੰਦੇ ਨੇ ਜੀ ਕਲਾ ਇਮੋਨੋਗ੍ਰਾਫਾਂ ਵਿੱਚ ਕਿਸ ਬਾਰੇ ਜਾਣਕਾਰੀ ਸ਼ਾਮਲ ਨਹੀਂ ਹੁੰਦੀ ਆਪਸ਼ਨ ਏ ਇਹਦੀ ਕਰੈਕਟ ਹੈ ਜੀ ਆਸਥ ਉਨਪਾਤੀ ਨਮੀ ਨੈਕਸਟ 65 ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਮਹੱਤਵਪੂਰਨ ਗ੍ਰੀਨ ਹਾਊਸ ਗੈਸ ਨਹੀਂ ਹੈ ਕਿਹੜੀ ਨਹੀਂ ਹੈ ਜੀ ਅਨੁਸਬੰਧੀ ਨਾਈਟ੍ਰੋਜਨ ਨੈਕਸਟ 66 ਮੱਛੀਆਂ ਦੁਆਰਾ ਸਾਹ ਲੈਂਦੀਆਂ ਹਨ ਕਿਦੇ ਦੁਆਰਾ ਜੀ ਗਲਫੜਿਆ ਰਹੇ ਨੈਕਸਟ 67 ਕਾਕਰੋਸ ਦੀ ਹੁੰਦੇ ਹਨ ਕੀ ਹੁੰਦੀ ਹੈ ਜੀ ਤੁੰਣ ਵਾਲੀ ਲੱਤਾਂ ਦੇ ਤਿੰਨ ਜੋੜੇ ਕਿੰਨੇ ਜੋੜੇ ਹੁੰਦੇ ਹੈ ਜੀ ਤਿੰਨ ਜੋੜੇ ਹੁੰਦੇ ਨੇ ਨੈਕਸਟ 68 ਨਿਮਤ ਲੀਖ ਵਿਚੋਂ ਕਿਹੜਾ ਥੰਤਾਰੀ ਨਹੀਂ ਹੈ ਕਿਹੜਾ ਜੀ ਆਪਣੇ ਕੋਲ ਮੱਛੀ ਨੈਕਸਟ 69 ਪੌਦਿਆਂ ਵਿੱਚ ਪਾਣੀ ਨੰਗਣ ਲਈ ਕਿਹੜਾ ਟਿਸ਼ੂ ਜ਼ਿੰਮੇਵਾਰ ਹੈ ਕਿਹੜਾ ਜੀ ਆਪਣੇ ਕੋਲ ਜਾਲਿਮ ਕਿਹੜਾ ਟਿਸ਼ੂ ਆ ਜੀ ਜਾਲਿਮ ਨੈਕਸਟ ਨੰਬਰ 70 ਇੱਕ ਰੁੱਖ ਦੀ ਉਮਰ ਡੈਸ਼ ਦੁਆਰਾ ਨਿਰਧਾਰਤ ਕੀਤੀ ਜਾ ਸਕਦੀ ਹੈ ਤੰਨੇ ਵਿੱਚ ਛੱਲਿਆਂ ਦੀ ਗਿਣਤੀ ਕਰਨ तने जो छले गिनती करना एक रुख दी किया जी, दे है जी उम्र निर्धारित कर सकते हैं नैक्सट नंबर सैवनटी वन देखो जी बैक्टीरिया हेठ लिखा किस जगत में संबंधित है जी मोनेरा नैक्सट सैवनटी टू थनधारी जानवरोंसा का आदान प्रदान डैश हूँ है कि जी नंबर सी ऑप्शन करैक्ट है जी एवी ऊली नैक्सट सैवनटी सैवनटी थ्री पौधे के किस हिस्से तो हल्दी प्राप्त की जाती है सही आंसर जी तना ਨੈਕਸਟ 74 ਫੁੱਲਾਂ ਦੇ ਰੰਗ ਡੈਸ਼ ਦੇ ਕਾਰਨ ਹੁੰਦੇ ਹਨ ਕਿਹਦੇ ਕਾਰਨ ਹੁੰਦੇ ਜੀ ਫਾਈਟ ਟੋਕ ਰੂਮਸ ਕਰਕੇ ਨੰਬਰ ਸੀ ਇਹਦੇ ਆਪਸ਼ਨ ਕੀ ਹੈ ਜੀ ਆਪਣੇ ਕੋਲ ਕਰੈਕਟ ਆ ਦੇਖੋ 74 ਤੱਕ एमसीक्यूਸ ਆਪਾਂ ਕੀਏ ਤਕਰੀਬਨ ਕੰਪਲੀਟ ਕਰ ਚੁੱਕੇ ਆ ਗਾਇਸ ਇਹ एमसीक्यूਸ ਤੁਹਾਨੂੰ ਜੋ ਆਪਣੇ ਕੋ ਸਾਇੰਸ ਨੇ ਐਸਐਸਟੀ ਹੈ ਉਹਦੇ ਰਿਗਾਰਡਿੰਗ ਮੋਸਟ ਇੰਪੋਰਟੈਂਟ एमसीक्यूਸ ਨੇ ਤੁਸੀਂ ਇਹਨਾਂ ਦੇ ਰਿਵੀਜ਼ਨ ਕਰਕੇ ਮੀਨਿੰਗ ਜਾ ਸਕਦੇ ਹੋ ਇਹਦੇ ਅਕੋਰਡਿੰਗ ਹੀ ਤੁਹਾਨੂੰ ਜੋ ਬਾਕੀ एमसीक्यूਸ ਨੇ ਇਗਜ਼ਾਮ ਵਿੱਚ ਆ ਸਕਦੇ ਨੇ ਜੋ ਥੋੜਾ ਹੁਣ ਲੇਟੈਸਟ ਇਗਜ਼ਾਮ ਹੋਣ ਵਾਲਾ ਵਾ ਮੋਸਟਲੀ ਉਹਦੇ ਵਿੱਚ ਜੋ 60 ਨੰਬਰ ਦਾ ਆਪਣੇ ਕੋ ਐਂਟੀਟੀਆਂ ਦਾ ਹੀ ਆਪਣੇ ਕੋ ਸਿਲੇਬਸ ਆਊਗਾ ਆਫਟਰ ਜੋ ਆਪਣੇ ਕੋ ਮੀਨਿੰਗ 15 ਦਾ ਹੋ ਗਿਆ ਜੇ ਆਪਣੇ ਕੋ ਟਾਈਮ ਦਾ ਰੀਵਿਜ਼ਿੰਗ ਦਾ ਹੋ ਗਿਆ ਤਾਂ ਉਹਦੇ ਵਿੱਚ ਤੁਸੀਂ ਇਸ एमसीक्यूਸ ਦੀ ਕੀ ਹਲਪ ਲੈ ਸਕਦੇ ਹੋ ਨੈਕਸਟ 75 ਦੇਖੋ ਜੀ ਹੇਠ ਲਿਖਿਆ ਵਿੱਚੋਂ ਕਿਹੜੇ ਜੀਵਤ ਤੇ ਨਰਜੀਵ ਵਿਚਕਾਰ ਅੰਤਰ ਕਰਨ ਵਾਲੇ ਦੋ ਸਭ ਤੋਂ ਚੰਗੇ ਕਾਰਨ ਹਨ ਕਿਹੜੇ ਆ ਜੀ ਪ੍ਰਜਨਨ ਅਤੇ ਗਤੀਸ਼ੀਲਤਾ ਸਹੀ ਅਨਸਰ ਹੈ ਜੀ ਆਪਣੇ ਕੋਲ A ਨੈਕਸਟ ਗਾਇਸ ਜੋ ਆਪਣੇ ਕੋਲ A ਪੇਪਰ ਸੀਗਾ ਗਾਇਸ ਆਪਣੇ ਕੋਲ 2015 ਦਾ ਇਵਨਿੰਗ ਸੈਸ਼ਨ ਦਾ एग्जाम ਸੀ ਇਹਦੇ ਵਿੱਚ ਮੋਸਟਲੀ ਆਪਣੇ ਕੋਲ ਐਸਐਸਟੀ ਤੇ ਸਾਇੰਸ ਕੰਪਲੀਟ ਕੀਤੀ ਗਈ ਹੈਗੀ ਤੇ ਨੈਕਸਟ ਦੇ ਵਿੱਚ ਜੋ ਮੈਥ ਲਾਈਕ ਆਪਣੇ ਕੋਲ ਜੋ ਮੈਥ ਦਾ ਪਾਰਟ ਸੀਗਾ ਉਸ ਟਾਈਮ ਆਇਆ ਸੀ ਤਾਂ ਇਹਨਾਂ ਨੇ ਆਪਣੇ ਕੋਲ ਨੈਕਸਟ ਜੋ 76 ਤੋਂ ਬਾਅਦ ਆਈ ਥਿੰਕ ਮੈਥ ਦੇ ਕੁਐਸਚਨਸ ਪਾਈ ਹੋਏ ਨੇਗੀ ਆਪਾਂ ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਸਕਰੀਨ ਤੇ ਸ਼ੋਅ ਕਰ ਦਿੰਨੀ ਹਾਂ ਪੂਰੇ 100 ਕੁਐਸਚਨਸ ਇਹਦੇ ਵਿੱਚ ਮੋਸਟਲੀ ਇਹਨਾਂ ਨੇ ਮੈਥ ਦੇ ਹੀ ਕੁਐਸਚਨਸ ਕੀ ਹੈ ਸੋਲਵ ਕਰਨ ਵਾਸਤੇ ਪਾਈ ਹੋਏ ਨੇਗੀ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਆਪਣੇ ਕੋਲ ਚੰਗੀ ਤਰ੍ਹਾਂ ਰੀਡ ਆਊਟ ਕਰ ਸਕਦੇ ਹੋ ਮੇਰੇ ਕੋਲਿੰਗ ਸਰ ਸਾਰੇ ਹੀ ਆਪਣੇ ਕੋਲ ਜੋ ਇਹ ਕੁਐਸਚਨਸ ਨੇ ਕਿ ਮੈਥ ਦੇਣੇਗੀ ਫਿਲਹਾਲ ਆਪਾਂ ਨੂੰ ਇਸ ਐਗਜ਼ਾਮ ਵਿੱਚ ਕਿਹ ਮੈਥ ਨਹੀਂ ਆ ਨਾ ਸੋ ਦੈਟ ਆਪਾਂ ਮੀਨਿੰਗ ਇਹ ਕੁਐਸਚਨਸ ਨਹੀਂ ਆਪਾਂ ਨਹੀਂ ਕਰਾਂਗੇ ਆਪਾਂ ਮੋਸਟਲੀ ਆਪਾਂ ਰੀਲਿੰਗ ਦੇ ਕੁਐਸਚਨਸ ਹੀ ਕਰਾਂਗੇ ਕਿਉਂਕਿ ਆਪਣੇ ਕੋਲ 10 ਮਾਰਕਸ ਦੀ ਕੀ ਹੈ ਜੀ ਰੀਲਿੰਗ ਆਣੀ ਆ ਅਗਰ ਗਾਇਸ ਤੁਸੀਂ ਹੁਣ ਜੋ ਨੈਕਸਟ ਵਾਲਾ ਪੇਪਰ ਆਪਣੇ ਕੋਲ ਹੋਇਆ ਸੀ 150 ਦਾ ਹੋਇਆ ਸੀ ਚੰਡੀਗੜ੍ਹ ਵਿੱਚ ਹੋਇਆ ਸੀ ਉਹ ਪੇਪਰ ਦੀ ਵੀਡੀਓ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ओके गाइस बाय-बाय वीट्रन बडी लेके ना लाइक जरूर ਕਰਿਓ बाय-बाय